ਤੇ ਆਪਾਂ ਇੰਜਨ ਦੀ ਗੱਲ ਕਰੀ ਸੀ ਇਹ ਵੀਰ ਨਾਲ, ਆਪਾਂ ਇੱਕ ਕੰਡੀਸ਼ਨ ਰੱਖੀ ਸੀ ਕਿ ਜਿਹੜਾ ਬੰਦਾ ਇਹਨਾਂ ਦੇ ਇੰਜਨ ਨੂੰ ਸਟਾਰਟ ਕਰ ਦੇਵੇਗਾ ਉਸ ਨੂੰ ਖਾਣਾ ਫ੍ਰੀ ਹੋਵੇਗਾ। ਤੇ ਲਖਵਿੰਦਰ ਬਾਈ ਨੂੰ ਅੱਜ ਆਪਾਂ ਆਉਣ ਦੀ ਸਪੋਟ ਇੱਥੇ ਚੈੱਕ ਕਰਾਂਗੇ ਤੇ ਇਹਨਾਂ ਨੂੰ ਪਾਵਾਂਗੇ ਯੱਬ। ਜਿਹੜੇ ਵੀ ਮਾਈ ਦਾ ਲਾਲ ਆਉਣਗੇ, ਮਾਈ ਦੇ ਲਾਲ ਤੇ ਜਾਂ ਫਿਰ ਕੁੜੀਆਂ ਜਿਹੜੀਆਂ ਨੇ, ਚਾਹੇ ਉਹ ਖਿਡਾਰੀ ਹੋਣ, ਚਾਹੇ ਕਹਿਣ ਤੋਂ ਬਾਅਦ ਕੁੜੀ ਹੋਵੇ ਮੁੰਡਾ ਹੋਵੇ, ਜਿਸ ਨੇ ਵੀ ਇਸ ਨੂੰ ਸਟਾਰਟ ਕਰ ਦਿੱਤਾ ਉਸ ਨੂੰ ਖਾਣਾ ਪੂਰੀ ਤਰ੍ਹਾਂ ਫ੍ਰੀ ਹੈ। ਚਾਹੇ ਉਹ ਚਾਹ ਪੀਵੇ, ਚਾਹੇ ਠੰਡੇ ਮੰਗਵਾਵੇ, ਜੋ ਮਰਜ਼ੀ ਇਹਨਾਂ ਨੂੰ ਕਹੇ, ਲਖਵਿੰਦਰ ਬਾਈ ਨੂੰ ਉਹ ਸਾਰੇ ਆਰਡਰ ਮੰਨਣੇ ਪੈਣਗੇ। ਠੀਕ ਹੈ ਨਾ ਬਾਈ ਜੀ? ਅਤੇ ਅੱਗੇ ਵੀਰ ਦੇ ਟਰੈਕਟਰ ਵੀ ਬੜੇ ਪਿਆਰੇ ਪਿਆਰੇ ਖੜ੍ਹੇ ਨੇ, ਇੰਡੀਕਾ ਗੱਡੀ ਖਿਲਾਰੀ ਹੈ। ਅਤੇ ਇੱਧਰ ਫੋਰਡ ਖੜ੍ਹਾ ਜਿਹੜਾ ਸਭ ਤੋਂ ਪਹਿਲਾ ਮਾਡਲ ਸੀ, ਅਤੇ ਇਹਦਾ ਨਾਂ ਕੀ ਸੀ ਭਾਅ ਜੀ? ਫੋਰਡ ਸਨ ਮੇਜਰ ਜੀ। ਅਤੇ ਆਪਾਂ ਚੱਲਦੇ ਹਾਂਗੇ, ਤੁਸੀਂ ਨਾਲੇ ਦੀ ਲੋਕੇਸ਼ਨ ਵੀ ਵੇਖ ਰਹੇ ਹੋ, ਜੋ ਕੁਛ ਇੱਥੇ ਇਹਨਾਂ ਨੇ ਲਾਇਆ ਹੋਇਆ ਇਹਦੇ ਵਿੱਚ ਖੜਾਇਆ ਹੋਇਆ ਹੈਲੀਕਾਪਟਰ, ਅਤੇ ਉਹ ਪਿੱਛੇ ਉੱਧਰ DT-14 ਵਗੈਰਾ ਪੁਰਾਣੇ ਮਾਡਲ ਨੇ ਜਿਹੜੇ, ਅਤੇ ਹੋਰ ਬੱਚਿਆਂ ਵਾਸਤੇ ਝੂਲੇ ਵਗੈਰਾ ਨੇ। ਖੈਰ ਆਪਾਂ ਇੰਜਣ ਕੋਲ ਚੱਲਦੇ ਹਾਂ ਅਤੇ ਵੇਖਦੇ ਹਾਂ ਵੀ ਕਿਹੜਾ ਨੂੰ ਸਟਾਰਟ ਕਰਦਾ ਹੈ। ਅਤੇ ਲਖਵਿੰਦਰ ਭਾਅ ਜੀ, ਨਹੀਂ ਤਾਂ ਤੁਹਾਨੂੰ ਹੀ ਲਾ ਦਾਂਗੇ। ਨਾ ਨਾ ਜੀ, ਮੈਂ ਹੋਏਗਾ ਭਾਅ ਜੀ। ਅੱਛਾ, ਇੱਕ ਬਾਈ ਲੱਗਿਆ ਵੀ ਹੋਇਆ, ਇੱਕ ਮਿੰਟ, ਇਹ ਕਸਟਮਰ ਨੇ? ਠੀਕ ਹੈ, ਬਾਈ ਲੱਗਿਆ ਹੋਇਆ। ਬਾਈ ਜੀ ਇੱਕ ਮਿੰਟ, ਪਹਿਲਾਂ ਨਾਮ ਦੱਸੋ ਤੁਹਾਡਾ। ਲਾਲੀ ਜੀ, ਮੇਰਾ ਨਾਮ ਲਾਲੀ। ਇਹ ਮਤਲਬ ਟਰਾਈ ਕਰ ਰਹੇ ਹੋ? ਹਾਂ ਜੀ, ਹਾਂ ਟਰਾਈ ਕਰ ਰਹੇ ਹਾਂ, ਵੀ ਦੇਖਦੇ। ਚਲੋ, ਅੱਛਾ ਜੀ, ਸਟਾਰਟ ਹੋ ਗਿਆ, ਤੁਹਾਨੂੰ ਖਾਣਾ ਸਾਰਾ ਫ੍ਰੀ ਮਿਲੇਗਾ। ਠੀਕ ਹੈ ਜੀ, ਚਾਹ ਵਗੈਰਾ। ਭਾਅ ਜੀ ਇੱਧਰ ਆਇਓ ਤੁਸੀਂ, ਇੱਧਰ। ਉਹ ਹੱਸ ਰਹੇ ਨੇ, ਕਹਿੰਦੇ ਪੰਗਾ, ਮੈਨੂੰ ਹੱਥ ਜੋੜਨ ਵੀ ਪੰਗਾ ਨਾ ਪਵਾ ਦੀ। ਅਤੇ ਜੇ ਵੇਖੋ ਸਟਾਰਟ ਇਹਨਾਂ ਨੇ ਕਰ ਲਿਆ, ਚਾਹੇ ਦੁਨੀਆ ਦਾ ਕੋਈ ਵੀ ਬੰਦਾ ਆਣ ਕੇ ਅਮਰੀਕਾ ਤੋਂ ਵੀ ਕਰੇ, ਤੁਹਾਨੂੰ ਖਾਣਾ ਖਵਾਉਣਾ ਖੜਾ ਦਾਂਗੇ ਬਾਈ ਜੀ, ਕੋਈ ਗੱਲ। ਠੀਕ ਹੈ, ਅਤੇ ਇਹ ਵੀਰ ਹੁਣ ਕਰੇਗਾ ਟਰਾਈ ਅਤੇ ਆਪਾਂ ਦੇਖਦੇ ਹਾਂ ਨਾ। ਦੋ ਜਣੇ ਨਹੀਂ, ਨਾ ਤੁਸੀਂ ਨਾਲ ਨਹੀਂ ਲੱਗੋ, ਬਾਈ ਨੂੰ ਘੁਮਾਉਣ ਦਿਓ ਅਤੇ ਥੋੜ੍ਹਾ ਜਿਹਾ ਦੂਰੋਂ ਦਿਖਾਓ, ਆਰਾਮ ਨਾਲ ਦੂਰੋਂ ਇੰਜਣ ਨੂੰ ਸਾਰਾ ਦਿਖਾਓ। ਤੂੰ ਤਾਂ ਉੱਪਰ ਖੜ੍ਹ ਰਿਹਾ ਇਹਦੇ। ਹੁਣ ਘੁਮਾ, ਘੁਮਾਓ ਉਧਰੋਂ। ਕਿੱਲੀ ਖਿੱਚਣੀ ਪੈਂਦੀ ਹੈ? ਹਾਂਜੀ ਹਾਂਜੀ, ਪਰਲੇ ਪਾਸੋਂ ਕਿੱਲੀ ਖਿੱਚਣੀ ਪੈਂਦੀ ਹੈ ਜੀ। ਠੀਕ ਹੈ, ਸਟਾਰਟ ਕਰ ਦੂਗਾ, ਛੱਡੋ ਇਹਨੂੰ। ਛਾਵਾ ਛਾਵਾ ਸ਼ੇਰ ਦੇ, ਉਹ ਤੇਰੀ, ਉਹ ਦੇਖੀ 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 ਦੇਖੀ, ਤੁਸੀਂ ਖੜੋ, ਦੁਬਾਰੇ ਕਰੋਗੇ ਟਰਾਈ? ਕਿਉਂ? ਬਹੁਤ ਜ਼ਿਆਦਾ ਜ਼ੋਰ ਲਵਾਉਂਦਾ ਜੀ, ਇਕੱਲੇ ਜਾਣੇ ਵਾਲਾ ਕੰਮ। ਆਹ ਮਾੜਾ ਜਿਹਾ ਖਿਚਾ ਦਿਓ ਯਾਰ, ਆਹ ਘੁਮਾ ਦੇ ਇੱਕ ਵਾਰੀ, ਹਿੱਲ ਨਹੀਂ ਰਿਹਾ, ਆਹ ਚੱਕਰ ਜਿਹਾ ਘੁਮਾ ਦੇ। ਛਾਵਾ ਬਸ ਬਸ ਹੁਣ ਛੱਡ ਦਿਓ, ਹੁਣ ਆਪਾਂ ਇਹਨਾਂ ਦੀ ਜੱਟ ਦੇਖਣੀ ਹੈ। ਛਾਵਾ ਉਧਰੋਂ ਵੇਖ ਰਹੇ ਹੋ ਤੁਸੀਂ, ਕਿੱਲੀ ਵੀ ਘੁਮਾ ਰਿਹਾ ਬਾਈ। ਲਵੀ ਲਵੀ, ਲੱਗਦਾ ਕੰਮ ਬਣੂ ਬਣੂ ਕੰਮ। ਛੱਡੇ ਕਿੱਲੀ, ਛੱਡੀ? ਓਹੋ ਯਾਰ ਬੰਦਾ ਠੀਕ ਹੈ। ਤੂੰ ਕਿਹੜੇ ਪਿੰਡ ਹੋਏ ਤੁਸੀਂ? ਆਪਣਾ ਹੀ ਮਾਨਸਾ ਜ਼ਿਲ੍ਹਾ ਜੀ। ਜ਼ਿਲ੍ਹਾ ਮਾਨਸਾ? ਯਾਰ ਮਾਨਸਾ ਦੇ ਤਾਂ ਬੰਦੇ ਹੀ ਬੜੇ ਘੈਂਟ ਨੇ, ਕਮਾਲ ਕਰੀ ਜਾਂਦੇ ਹੋ ਯਾਰ। ਹੈ, ਤੁਸੀਂ ਘੁਮਾ ਦੋਗੇ? ਨਾ, ਹੈ ਦੋ ਜਾਣੇ? ਨਹੀਂ ਨਹੀਂ ਨਹੀਂ, ਕਰਾਓ ਕਰਾਓ, ਚਲੋ ਲਓ, ਇੱਥੇ ਨੇੜੇ ਲਾਏ ਨੇ ਹੁਣ ਤੁਸੀਂ। ਹਾਂਜੀ ਹਾਂਜੀ, ਚਲੋ ਜੀ। ਛਾਵਾ ਛੱਡ ਵੀ ਸੀ, ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ, ਬਣ ਗਈ ਗੱਲ। ਕੈਮਰੇ 'ਤੇ ਦਿਖਾ ਦਿਓ ਇੱਕ ਵਾਰੀ ਇੱਧਰੋਂ ਆਰਾਮ ਨਾਲ। ਲਓ ਜੀ, ਤਿੰਨ ਜਵਾਨਾਂ ਨੇ ਸਟਾਰਟ ਕਰਿਆ। ਬਾਈ ਜੀ ਇਹਨੂੰ ਚੱਲਦਾ ਰੱਖੋ, ਇਹਨੂੰ ਸਟਾਰਟ ਰੱਖੋ, ਹੁਣ ਬੰਦ ਨਾ ਕਰਿਓ। ਵਿਊ ਠੀਕ ਹੈ, ਸਾਫ ਲੈਣਾ ਨੇੜੇ ਜਾ ਕੇ। ਹਾਂ ਇੱਥੇ, ਹਾਂ ਇੱਕ ਮਿੰਟ ਬਾਈ ਜੀ, ਬਾਈ ਨਾਲ ਗੱਲ। ਬਾਈ ਜੀ ਇੱਧਰ ਆਇਓ, ਹੁਣ ਤੁਸੀਂ, ਹੁਣੇ ਗਰਮ ਹੋ ਗਿਆ, ਹੁਣ ਕਰ ਲਓਗੇ ਜੇ ਦੁਬਾਰੇ ਆਪਾਂ ਗਏ? ਹੈਂ, ਸਾਹ ਚੜਿਆ ਪਿਆ? ਇਕੱਲੇ ਜਾਣੇ ਨੂੰ ਹੁੰਦਾ ਸਟਾਰਟ ਜੀ, ਬਹੁਤ ਜ਼ਿਆਦਾ ਜ਼ੋਰ ਲਵਾਉਂਦਾ, ਬਹੁਤ ਜ਼ਿਆਦਾ। ਪੂਰੇ ਭਾਅ ਜੀ ਇੱਧਰ ਆਇਓ, ਕੈਮਰੇ 'ਤੇ ਆਓ ਤੁਸੀਂ, ਦੂਰ ਨਾ ਖੜੋ। ਇਹ ਜਿੱਥੋਂ ਲਿਆਂਦਾ ਤੁਸੀਂ, ਸ਼ਹਿਜਾਦੀ ਪਿੰਡ ਤੋਂ, ਉਹ ਚੱਕੀ ਵਾਲੇ, ਉਹ ਕਿਵੇਂ ਸਟਾਰਟ ਕਰਦੇ ਹਨ? ਉਹ ਵੀ ਦੋ ਜਣੇ? ਦੋ ਜਣੇ ਲੱਗ ਕੇ ਕਰਦੇ ਨੇ ਜੀ। ਇਹਦਾ ਸਲੈਂਸਰ ਥੱਲੇ ਦੱਬੇ ਹੋਏ ਜੀ ਇੱਧਰ। ਇੰਜਣ ਇੱਕ ਮਿੰਟ, ਮੈਂ ਕਹਾਂਗਾ ਤਾਂ ਨਾ, ਘੁੱਗੂ ਜਿੱਥੋਂ ਬੋਲ ਰਿਹਾ ਉਹ ਦਿਖਾਓ ਆਰਾਮ ਨਾਲ।
ਇਹ ਜਦੋਂ ਚੱਲਦਾ ਜੀ ਇਹਦਾ ਘੁੱਗੂ ਉੱਪਰ ਬੋਲਦਾ ਆਲੇ ਦੁਆਲੇ ਪਿੰਡਾਂ 'ਚ ਆਵਾਜ਼ ਜਾਂਦੀ ਸੀ ਜਦੋਂ ਇਹ ਚੱਕੀਆਂ ਚੱਲਦੀਆਂ ਨੇ ਚੱਕੀਆਂ 'ਤੇ ਫਿੱਟ ਕੀਤਾ ਜਾਂਦਾ ਸੀ ਆਵਾਜ਼ ਸੁਣਾ ਆਵਾਜ਼ ਰਾਮ ਦੇਖ ਸਕਦੇ ਹੋ ਇਹਦਾ ਸਲੈਂਸਰ ਚਿੜੀ ਜੀ ਉੱਪਰ ਇਹਦੇ ਹਿੱਲ ਰਹੀ ਹੈ ਆਪਾਂ ਇੱਥੇ ਹੋਰ ਵੀਰ ਖੜ੍ਹੇ ਨੇ ਆਪਾਂ ਇੱਥੇ ਬਾਈ ਖੜ੍ਹੇ ਨੇ ਭਾਜੀ ਨਾਮ ਕੀ ਤੁਹਾਡਾ ਹਰਜੀਤ ਸਿੰਘ ਜੀ ਤੁਸੀਂ ਟਰਾਈ ਕਰਕੇ ਦੇਖੋਗੇ ਇੰਜਨ ਸਟਾਰਟ ਕਰਨ ਦੀ ਨਹੀਂ ਨਹੀਂ ਭਾਜੀ ਮੈਨੂੰ ਥੋੜ੍ਹੀ ਹੈ ਬਾਈ ਜੀ ਜਿਹੜੀ ਹੱਸ ਰਹੇ ਨੇ ਕਹਿੰਦੇ ਆਪਾਂ ਨਹੀਂ ਪੰਗਾ ਲੈਣਾ ਹੈਗਾ ਅਤੇ ਇਸ ਸਾਈਡ ਤੋਂ ਦਿਖਾ ਦਿਓ ਖੈਰ ਆਪਣੇ ਦਰਸ਼ਕਾਂ ਨੂੰ ਕਿੰਨੀ ਪਿਆਰੀ ਚੀਜ਼ ਹੈ ਕਿੰਨੀ ਮਿਹਨਤ ਕਰੀ ਹੋਏਗੀ ਸਾਡੇ ਵਿਗਿਆਨੀਆਂ ਨੇ ਸਾਇੰਟਿਸਟਾਂ ਨੇ ਅਤੇ ਇਹ ਜਿਹੜੀ ਇਹ ਅਖੀਰ ਲੋਕਾਂ ਤੱਕ ਪਹੁੰਚੀ ਹੋਵੇਗੀ ਆਟੇ ਦੀਆਂ ਚੱਕੀਆਂ ਜਾਂ ਹੋਰ ਜਿਹੜੇ ਕੰਮ ਸਨ ਖੇਤੀਬਾੜੀ ਦੇ ਉਹ ਲੋਕ ਇਹਨਾਂ ਤੋਂ ਲੈਂਦੇ ਸਨ ਅਤੇ ਇੰਜਣ ਬਹੁਤ ਸੋਹਣਾ ਚੱਲ ਰਿਹਾ ਆ ਇਹਦਾ ਸਾਇਲੈਂਸਰ ਹੈ ਇਹ ਸਾਇਲੈਂਸਰ ਹੈ ਆਹ ਹੇਠਾਂ ਭਾਜੀ ਆਹ ਕੀ ਚੀਜ਼ਾਂ ਨੇ ਆਹ ਬਾਈ ਜੀ ਤੁਸੀਂ ਦੱਸਿਓ ਇਹ ਪਿਸਟਮ ਦਾ ਜੀ ਹੈ ਜੀ ਹਾਂਜੀ ਜਦੋਂ ਸਟਾਰਟ ਕਰਦੇ ਉਦੋਂ ਕਿੱਲੀ ਜੀ ਕਿਹੜੀ ਖਿੱਚਦੇ ਤੇ ਇਹ ਦੋ ਕਿੱਲੀਆਂ ਜੀ ਇੱਕ ਇਹ ਅਤੇ ਇੱਕ ਇਹ ਇੱਕ ਆਹ ਕਿੱਲੀ ਖਿੱਚਣੀ ਪੈਂਦੀ ਆ ਇੱਕ ਆਹ ਇਹ ਦੋ ਕਿੱਲੀਆਂ ਖਿੱਚਦੇ ਨੇ ਫਿਰ ਆਹ ਜਿਹੜਾ ਇਹਨੂੰ ਕੀ ਕਹਿੰਦੇ ਨੇ ਜਿਹੜੀ ਘੁੰਮ ਰਹੀ ਹੈ ਅੱਛਾ ਠੀਕ ਹੈ ਵੈਸੇ ਇਹਦਾ ਇਹ ਟਾਈਮ ਹੈ ਜਿਸ ਦੇ ਉੱਪਰ ਇਹ ਸਾਰਾ ਚੱਲ ਰਿਹਾ ਇੰਜਣ ਅਤੇ ਆਹ ਪਿੱਛੇ ਆਲੇ ਦੁਆਲੇ ਦਾ ਦਿਖਾ ਦਿਓ ਜੀ ਸਾਰਾ ਸਿਸਟਮ ਪੂਰਾ ਬਾਈ ਲਖਵਿੰਦਰ ਹੈ ਪੂਰਾ ਬਾਹਰ ਬੈਠਾ ਪੰਗੇ ਪਾਈ ਜਾਂਦਾ ਕੋਈ ਨਾ ਕੋਈ ਸਕੀਮ ਦੱਸ ਦਿੰਦਾ ਫਿਰ ਜੱਬਦੇ ਰਹਿੰਦੇ ਨੇ ਆਹ ਕੀ ਚੀਜ਼ ਹੈ ਅੱਛਾ ਇਹਦੇ 'ਚੋਂ ਪਾਣੀ ਇਹਨੂੰ ਪੈਂਦਾ ਪਾਣੀ ਪੈਂਦਾ ਜੀ ਹੁਣ ਇਹ 'ਚ ਟੈਂਕੀ 'ਚ ਹੈਗਾ 10-15 ਲੀਟਰ ਪਾਣੀ ਤੂੰ ਗਰਮ ਨਾ ਹੋਵੇ ਤਾਂ ਅਗਰ ਇਹ ਰੇਡੀਏਟਰ ਥੋੜ੍ਹੀ ਇਹ 'ਚ ਪਾਣੀ ਇੱਥੇ ਇਹ ਪਾਣੀ ਇੱਧਰ ਨੂੰ ਜਾਂਦਾ ਜੀ ਥੱਲੇ ਨੂੰ ਨਿਕਲਦਾ ਅੱਛਾ ਵੀ ਹਾਲੇ ਆਪਾਂ ਲਾਇਆ ਨਹੀਂ ਪਾਣੀ ਲਾਇਆ ਨਹੀਂ ਵਿੱਚ ਪਾਇਆ ਹੋਇਆ ਜੀ 20 ਲੀਟਰ ਪਾਣੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਅਤੇ ਦੋਸਤੋ ਜੇਕਰ ਤੁਸੀਂ ਵੀ ਆਓ ਇੱਥੇ ਭੂਰੇ ਦੇ ਢਾਬੇ ਜਾਣ ਕੇ ਸਟਾਰਟ ਕਰ ਲਿਓ ਮੈਂ ਤੁਹਾਨੂੰ ਇੱਕ ਵਾਰੀ ਫਿਰ ਇੱਧਰ ਦਾ ਵਿਊ ਦਿਖਾ ਦਿੰਦਾ ਵਾ ਹੋਟਲ ਦਾ ਭਾਅ ਜੀ ਬੰਦ ਕਰਾ ਦਿਓ ਬੰਦ ਕਰਾ ਦਿਓ ਬੰਦ ਤਾਂ ਕਰ ਲਓਗੇ ਬਦੰਦਰੋ ਅਤੇ ਬੰਦ ਕਰ ਦਿਓ ਜੀ ਬੰਦ ਕਰ ਦਿਓ ਅਤੇ ਇਹ ਮੈਂ ਤੁਹਾਨੂੰ ਇੱਧਰ ਦਿਖਾਉਣਾ ਵਿਊ ਜਿਹੜਾ ਭੂਰੇ ਢਾਬੇ ਦਾ ਅਲੱਗ ਅਲੱਗ ਤਰ੍ਹਾਂ ਦੇ ਇੱਥੇ ਬੱਚਿਆਂ ਦੇ ਝੂਲੇ ਅਤੇ ਉਹਦੇ ਵਿੱਚ ਇਹਨਾਂ ਨੇ ਰੇਲ ਗੱਡੀ ਖੜ੍ਹਾਈ ਆ ਉਹ ਰੇਲ ਗੱਡੀ ਖੜ੍ਹੀ ਹੈ ਅਤੇ ਅੰਦਰ ਇਹਦੇ 'ਤੇ ਆ ਬਾਹਰ ਟਰੈਕਟਰ ਵਗੈਰਾ ਖੜ੍ਹੇ ਨੇ ਰੇਲ ਗੱਡੀ ਤੁਸੀਂ ਅੰਦਰੋਂ ਵੇਖ ਲਵੋ ਅਤੇ ਬਹੁਤ ਵਧੀਆ ਕਲਾਕਾਰੀ ਪੇਸ਼ ਕੀਤੀ ਹੋਈ ਹੈ